पाकिस्तान विच स्थित धार्मिक गुरद्वारियां दे दर्शन दीदार अते विसाखी दा त्यौहार मनाउण वास्ते एक सैकड़े श्रद्धालुआं दा जथा दरबार साहिब तों 12 तरीक नूं रवाना होवेगा। सरकार दीआं हदायतां अनुसार जिन्हां दे अज कोविड टैसट गुरद्वारा प्रबंधक कमेटी दे मुख दफ्तर दे नज़दीक कीते जा रहे ने। सो तस्वीरां तुसीं वेख सकदे हो, पिछले लंबे समें तों सिख श्रद्धालुआं दे विच उत्साह सीगा कि वह पाकिस्तान विच स्थित धार्मिक गुरद्वारियां दे दर्शन दीदार करन वास्ते जाणगे, पर कितना ना कितने कोविड-19 दा करके सरकार दीआं हदायतां अनुसार वह उत्थे नहीं सी जा सके। सो 12 तरीक नूं सैकड़े श्रद्धालुआं दा जथा जिहड़ा आ उह पाकिस्तान दर्शन दीदार करन वास्ते रवाना हो रहा। साढ़े नाल कुछ सिख श्रद्धालु ने गलबात करांगे। ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਜੀ। ਅੱਜ ਕਿੰਨੇ ਸ਼ਰਧਾਲੂਆਂ ਦੇ ਜਿਹੜੇ ਟੈਸਟ ਹੋਏ ਆ ਤੇ ਕਿੰਨੇ ਜਾ ਰਹੇ ਨੇ? 793 ਯਾਤਰੂਆਂ ਦੇ ਜਿਹੜੇ ਨਾ ਪਾਸਪੋਰਟ ਲੱਗਣ ਲਈ ਵੀਜ਼ਾ ਲੱਗਣ ਲਈ ਭੇਜੇ ਸਨ, ਜਿਨ੍ਹਾਂ ਵਿੱਚੋਂ 356 ਯਾਤਰੂਆਂ ਦੇ ਨਾਂ ਜਿਹੜੇ ਸੈਂਟਰ ਗਵਰਨਮੈਂਟ ਨੇ ਕੱਟ ਦਿੱਤੇ ਆ। ਸਿੱਖਾਂ ਨੂੰ ਹਰ ਵਾਰ ਸੈਂਟਰ ਗਵਰਨਮੈਂਟ ਬੇਗਾਨੀਆਂ ਅਹਿਸਾਸ ਕਰਾ ਰਹੀ ਆ। ਪਹਿਲਾਂ ਵੀ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਸਮੇਂ ਯਾਤਰੂ ਜਥੇ ਨੂੰ ਐਨ ਅਖੀਰਲੇ ਟਾਈਮ 'ਤੇ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ, ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਰੋਕ ਦਿੱਤਾ ਗਿਆ। ਹੁਣ ਵੀ ਤਕਰੀਬਨ 50% ਯਾਤਰੂਆਂ ਦੇ ਨਾਂ ਕੱਟਦੇ ਨੇ। ਇਹ ਕਿਸੇ ਵੀ ਤਰ੍ਹਾਂ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ, ਇਹ ਸੈਂਟਰ ਗੌਰਮੈਂਟ ਦੀ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦੀ ਹੈ। ਇਹ ਬੜੀ ਮੰਦਭਾਗੀ ਘਟਨਾ ਵਾ, ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਆ। ਇਹ ਜਥਾ ਜਿਹੜਾ ਮਾਨਯੋਗ ਪ੍ਰਧਾਨ ਸਾਹਿਬ ਬੀਬੀ ਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ 12 ਅਪ੍ਰੈਲ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਵੇਗਾ ਅਤੇ 22 ਅਪ੍ਰੈਲ ਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਪੰਜਾਬ ਆਵੇਗਾ। ਸਿੰਘ ਸਾਹਿਬ, ਪਹਿਲਾਂ ਵੀ ਕਾਫੀ ਸ਼ਰਧਾਲੂਆਂ ਨੇ ਜਿਹੜਾ ਉਹ ਵੀਜ਼ਾ ਲਵਾਇਆ ਸੀ, ਵੀਜ਼ੇ ਦਿੱਤੇ ਨੇ। ਭਾਰਤ ਸਰਕਾਰ ਕਰੋਨਾ ਦਾ ਹਵਾਲਾ ਦੇ ਕੇ ਜਿਹੜਾ ਸੀ ਉਹ ਟਾਲ ਦਿੰਦੀ ਰਹੀ ਕਿ ਪਾਕਿਸਤਾਨ ਕੋਲ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈ, ਉੱਥੇ ਕਰੋਨਾ ਦਾ ਸੰਬੰਧ ਨਹੀਂ ਆ, ਤਾਂ ਇਸ ਕਰਕੇ ਜਿਹੜੇ ਉਹ ਵੀਜ਼ੇ ਲੋਕਾਂ ਦੇ ਲੱਗਣ ਖੜੋਂ ਰਹਿ ਗਏ। ਇਸ ਵਾਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਵੇਖੋ, ਸੈਂਟਰ ਗੌਰਮੈਂਟ ਸਾਨੂੰ ਸਿੱਖਾਂ ਨੂੰ ਹਰ ਵਾਰ ਬੇਗਾਨੀ ਦਾ ਅਹਿਸਾਸ ਕਰਾ ਰਹੀ ਹੈ। ਕਰੋਨਾ ਦਾ ਇੱਕ ਬਹਾਨਾ ਆ, ਸਿਕਿਉਰਿਟੀ ਦਾ ਵੀ ਬਹਾਨਾ ਆ, ਕੋਈ ਸਿਕਿਉਰਿਟੀ ਦਾ ਮਸਲਾ ਨਹੀਂ ਆ। ਹਰ ਵਾਰ ਜਥਾ ਜਾਂਦਾ ਆ, ਪਾਕਿਸਤਾਨ ਦੀ ਗੌਰਮੈਂਟ ਸਿੱਖਾਂ ਨੂੰ ਪੂਰੀ ਸਿਕਿਉਰਿਟੀ ਦਿੰਦੀ ਆ। ਸਿਰਫ ਇੱਕ ਇਹ ਸਿਕਿਉਰਿਟੀ ਦਾ ਰੀਜਨ ਬਹਾਨਾ ਬਣਾ ਕੇ ਇੱਕ ਸਿੱਖਾਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਰੋਕਿਆ ਗਿਆ। ਇਹ ਬਹੁਤ ਹੀ ਮੰਦਭਾਗੀ ਘਟਨਾ ਆ। ਕਿੰਨੇ ਦਿਨ ਵਾਸਤੇ ਜਥਾ ਜਾ ਰਿਹਾ ਜੀ? ਇਹ 10 ਦਿਨ ਲਈ ਜਥਾ ਜਾ ਰਿਹਾ ਜੀ। ਇਹ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਜਾਵੇਗਾ ਅਤੇ ਗੁਰੂ ਕੇ ਲਾਹੌਰ ਤੋਂ ਵਾਪਸ ਆਵੇਗਾ। ਸਿੰਘ ਸਾਹਿਬ, ਵੱਡੀ ਗੱਲ ਸਾਹਮਣੇ ਆਉਂਦੀ ਹੈ ਕਰਤਾਰਪੁਰ ਕੋਰੀਡੋਰ ਦੀ, ਸਾਰੇ ਧਾਰਮਿਕ ਸਥਾਨ ਜਿਹੜੇ ਖੋਲ੍ਹੇ ਹੋਏ ਨੇ। ਗੱਲ ਕਰੀਏ ਤਾਂ ਟ੍ਰੇਨਾਂ ਵੀ ਕਿਤੇ ਨਾ ਕਿਤੇ ਚੱਲ ਰਹੀਆਂ ਨੇ, ਤਾਂ ਸਰਕਾਰ ਨੇ ਇੱਕ ਹਵਾਲਾ ਦਿੱਤਾ ਹੋਇਆ ਕਰੋਨਾ ਦਾ, ਕਰਤਾਰਪੁਰ ਕੋਰੀਡੋਰ ਲੱਖ ਦਵਾਵਾਂ ਦੇ ਬਾਅਦ ਜਿਹੜਾ ਸੀ ਉਹ ਖੁੱਲ੍ਹਾ ਸੀਗਾ, ਪਰ ਹੁਣ ਕੇਂਦਰ ਸਰਕਾਰ ਕਿਵੇਂ ਵੇਖ ਰਹੀ ਹੈ? ਵੇਖੋ ਜੀ, ਇਹ ਪਹਿਲਾਂ ਵੀ ਮੈਂ ਦੱਸਿਆ ਕਿ ਇਹ ਸਿੱਖਾਂ ਨੂੰ ਇੱਕ ਆਪਣੇ ਗੁਰਧਾਮਾਂ ਤੋਂ ਦਰਸ਼ਨ ਕਰਨ ਤੋਂ ਰੋਕਣ ਦੀ ਸਾਜਿਸ਼ ਆ, ਜਦੋਂ ਕਿ ਪਾਕਿਸਤਾਨ ਗੌਰਮੈਂਟ ਨਹੀਂ ਰੋਕ ਰਹੀ, ਇਹ ਕੇਵਲ ਸਾਡੀ ਸੈਂਟਰ ਗੌਰਮੈਂਟ ਰੋਕ ਰਹੀ ਆ। ਇਹ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਹੀ ਕਰਾਇਆ ਜਾ ਰਿਹਾ, ਇਹ ਆਪਾਂ ਸਿੱਖਾਂ ਨੂੰ ਆਪਣੇ ਗੁਰਧਾਮਾਂ ਤੋਂ ਵਿਛੋੜਨ ਦੀ ਜਿਹੜੀ ਆ ਉਹ ਸਾਜਿਸ਼ ਆ। ਸਿੰਘ ਸਾਹਿਬ, ਇਹਦੇ ਵਿੱਚ ਕੋਈ ਮੁੱਖ ਵੀ ਅਧਿਕਾਰੀ ਜਾ ਰਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ? ਹਾਂ, ਸਾਡੇ ਮੈਂਬਰ ਸਾਹਿਬ ਜਾ ਰਹੇ ਨੇ, ਸਾਡੇ ਜਨ ਪ੍ਰਬੰਧਕ ਵੀ ਜਾ ਰਹੇ ਨੇ, ਉਹ ਸਾਰੇ ਗੁਰ ਪ੍ਰਬੰਧ ਆ ਜਿਹੜਾ ਉਹ ਉੱਥੇ ਪਾਕਿਸਤਾਨ ਗੌਰਮੈਂਟ ਨਾਲ ਵੀ ਕੋਈ ਗੱਲ ਕਰਨਗੇ, ਜਿਹੜੇ ਵਿਸ਼ੇ ਕੋਈ ਉੱਥੋਂ ਦੇ ਸੰਗਤ ਨਾਲ ਸੰਬੰਧਿਤ ਹੋਏ ਜਾਂ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਹੋਏ, ਉਸ ਸੰਬੰਧੀ ਪਾਕਿਸਤਾਨ ਗੌਰਮੈਂਟ ਨਾਲ ਵੀ ਗੱਲ ਕਰਨਗੇ। ਸਿੰਘ ਸਾਹਿਬ, ਕੀ ਗਾਈਡਲਾਈਨਸ ਕੀ ਦਿੱਤੇ ਗਈਆਂ ਸਰਕਾਰ ਵੱਲੋਂ? ਗਾਈਡਲਾਈਨਸ ਜੀ, ਕਰੋਨਾ ਦਾ ਬਹਾਨਾ ਕੀਤਾ ਜਾ ਰਿਹਾ ਕਿ ਇਹ ਜੀ ਕਰੋਨਾ ਕਰਕੇ ਜਥਾ ਘੱਟ ਕੀਤਾ ਗਿਆ, ਪਰੰਤੂ ਅਜੇ ਅਸਲ ਰੀਜਨ ਕੋਈ ਨਹੀਂ ਦੱਸਿਆ ਗਿਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ, ਜਿਹੜੀਆਂ ਕਿ ਪਾਕਿਸਤਾਨ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਹੋਰ ਇਤਿਹਾਸਿਕ ਦਿਹਾੜੇ ਜਿਹੜੇ ਆ ਉਹਨਾਂ ਦੇ ਦਰਸ਼ਨ ਦਾਰੇ ਕਰਨ ਵਾਸਤੇ, ਸਥਾਨਾਂ ਦੇ ਦਰਸ਼ਨ ਦਾਰੇ ਕਰਨ ਵਾਸਤੇ ਜਾ ਰਹੇ ਨੇ। ਸਾਡੇ ਕੋਲ 793 ਯਾਤਰੂਆਂ ਨੇ ਆਪਣੇ ਪਾਸਪੋਰਟ ਜਮ੍ਹਾਂ ਕਰਾਏ ਸੀ, ਜਿਹਦੇ ਵਿੱਚੋਂ 356 ਜਿਹੜੇ ਯਾਤਰੂ ਸੀ ਉਹਨਾਂ ਦੇ ਐਂਬੈਸੀ ਤੋਂ ਵੀਜ਼ੇ ਨਹੀਂ ਲੱਗੇ ਅਤੇ 437 ਯਾਤਰੂਆਂ ਦੇ ਵੀਜ਼ੇ ਲੱਗ ਚੁੱਕੇ ਹਨ, ਉਹਨਾਂ ਦੀ ਸਾਡੇ ਕੋਲ ਲਿਸਟ ਪਹੁੰਚ ਚੁੱਕੀ ਹੈ। ਉਹਦੇ ਸੰਬੰਧ ਵਿੱਚ ਜਿਨ੍ਹਾਂ ਯਾਤਰੂਆਂ ਨੇ ਪਾਕਿਸਤਾਨ ਦੇ ਵਿੱਚ ਜਾਣਾ ਹੈ ਉਹਨਾਂ ਦਾ ਕੋਵਿਡ ਟੈਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਫ਼ਤਰ ਵਿਖੇ ਮਾਨਯੋਗ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਹਨਾਂ ਵੱਲੋਂ ਵਿਸ਼ੇਸ਼ ਤੌਰ 'ਤੇ ਇੱਥੇ ਕੈਂਪ, ਫ੍ਰੀ ਕੈਂਪ ਲਾਇਆ ਗਿਆ ਹੈ, ਜਿਹਦੇ ਵਿੱਚ ਜਿਹੜੇ ਜਿਹੜੇ ਯਾਤਰੂ ਜਾਣਾ ਚਾਹੁੰਦੇ ਹਨ ਜਾਂ ਜਾ ਰਹੇ ਹਨ ਉਹ ਆਪਣਾ ਕੋਵਿਡ ਟੈਸਟ ਇੱਥੇ ਕਰਵਾਉਣ,
जिहड़े दूर दराडे यात्रु बैठे हैं इत्थे नहीं आ सकते वो अपने किसी नेड़े स्टेशन दे उत्तों भी कोविड टैस्ट अपना करा के अपनी रिपोर्ट नाल लैके आउण। जिन्हां जिन्हां यात्रुआं दे कोल कोविड टैस्ट की रिपोर्ट होवेगी भावें उन्हां दे वीजे लगे होण, जे उन्हां दे कोल कोविड टैस्ट की रिपोर्ट नहीं होवेगी तो उन्हां नूं अलाउ नहीं किया जाएगा। इस करके उतराज ना फिर करन बाद विच कि साडा वीजा लगा सी सानूं जाण नहीं दित्ता, इस गल वाले पासे वाल विशेष ध्यान दिता जाए। तो ये जिहड़ी यात्रा है इत्थों 12 तरीक नूं यात्रा जाएगी तो 22 तरीक नूं वापस आएगी। एक दिन इन्हां दा ठहराव जिहड़ा करतारपुर गुरद्वारा साहिब गुरु नानक साहिब जी का उत्थे भी एक दिन पड़ाव किया जाएगा। तो सारियां संगतां नूं सन्मान बेनती आ कि भाई जिन्हां जिन्हां दे वीजे लगे ने उन्हां नूं बहुत बहुत लख लख वधाइयां होण, और नाल ही अपने जाण वास्ते जिहड़े प्रबंध है समान है जां कोई भी वस्त्र है वह अपनी तैयारी कर लैण, यतन करन कि बहुत सीमित जिहड़े है वस्त्र कपड़े नाल लैके जाण दी कृपालता करन, भारी समान नाल लैके जाण, तो निश्चित कीती हुई करंसी जिहड़ी है उही नाल लैके जाण। तो होर किसी तरह की कोई इनफॉर्मेशन की लोड़ है वह साडे दफ्तर नाल तालमेल कर सकते हैं। तो जे किसी ने कोई जानकारी लेनी हो मैं डॉक्टर अमरीक सिंह एस डी PA2 President SGPC, मेरा कॉन्टैक्ट नंबर हैगा 98-157-10-789। मैं इंचार्ज साहब जी का बहुत बहुत धन्यवाद करता जिन्होंने दिन रात मेहनत करके इस कार्ज में बहुत काम किया है, और किसी तरह की भी कोई किसी को प्रॉब्लम आती है तुम इंचार्ज साहब के नाल भी गल कर सकते हो। तो सारे का बहुत बहुत धन्यवाद जी। वाहेगुरू जी का खालसा वाहेगुरू जी। सो इस जथे दे नाल पंज सिंह साहिबान भी जा रहे हैं, उन्होंने भी अज कोविड टैस्ट किए गए ने। साडे नाल सिंह साहिबान ने गलबात करांगे। सिंह साहिब वाहिगुरू जी का खालसा श्री वाहिगुरू जी की फतेह। अज जो टैस्ट किए गए ने किन्ने श्रद्धालुओं के नाल जिहड़ा जत्था जा रहा जी? वाहिगुरू जी का खालसा वाहिगुरू जी की फतेह। विसाखी का त्यौहार जिहड़ा है खालसा पंथ का साजना दिवस, प्रगटो खालसा परमात्मा की मौज, वो खालसा पंथ साहब श्री गुरु गोबिंद सिंह महाराज जी के वालों साजा गया सी। ते उस पिछले साल की तरह यह विसाखी त्यौहार मनाने के लिए समागम के लिए जिहड़ा जत्था है वह 437 के करीब श्रद्धालु जा रहे हैं। जो SGPC के वालों पासपोर्ट भेजे गए सी वो 900 तो उपर भेजे गए सी, लेकिन 356 जिहड़े श्रद्धालुओं के पासपोर्ट वीजे रद्द कर दिए गए हैं। तो सिंह साहिबान पंज प्यारे साहिबान ने जिहड़े वह भी जत्थे दे नाल जा रहे हैं, क्योंकि खालसा पंथ का साजना दिवस है। तो अमृत संचार से हर बारी जदों जत्था जाता है पाकिस्तान की धरती से, भावें कोई प्रकाश पुरब होवे तो उदों भी अमृत की दात जिहड़ी है गुरु महाराज बख्शिश संगत छकदियां ने। तो ऐतकी भी जिहड़ा है पंजा साहिब की पावन पवित्र धरती से पंज प्यारे साहिबान के वलों खंडे वट की पहल तैयार की जाएगी। तो श्रद्धालु जिन्हें उन्होंने अमृत की दात प्राप्त करके गुरु गोबिंद सिंह जी के पुत्र बनना है, तो एक वक्री जी है उन्होंने न्यारा रूप जोड़ा खालसा पंथ के जो शामिल होना है एक वक्री गल होगी। तो मैं जिते सारे जोड़े श्रद्धालु जा रहे हैं उन्होंने मेरी सिनम्र बेनती है, क्योंकि अज मैं भी जोड़ा कोविड का हैगा वह टैस्ट कराया, तो सिंह साहबान साढ़े पाँच प्यारे साहबान ने सत्कारयोग शख्सियत इन्होंने भी कराया। सारियां नूं मेरी बेनती है कि ये गल का जरूर ध्यान रखा जाए कि 72 घंटे का पीरियड जरूर रहना चाहिए जदों अपने उत्थे जाना है, तो टैस्ट सारे कराओ। कि धार्मिक स्थानों के जो दर्शन दीदार कर किए जाएंगे उत्थे उन्होंने मेरे को लिस्ट जी तो इस वेले मेरे फोन से है, तो लाहौर भी जाना, करतारपुर साहब भी जाना, पंजा साहब है, ननकाणा साहब है, तो काफ़ी थावां ते जाना है। तो 12 तरीक नूं जत्था जाएगा तो 22 तरीक नूं वापसी है। सिंह साहब जी गल करिए करतारपुर कोरीडोर पाकिस्तान वाली साइड तो खुला है होया है, तो उधरों लोग दर्शन दीदार कर चलते जिवें तुसीं चले हो, तो जे गल करिए भारत वाली साइड तो हाले तक बंद। देखो ये गल तो हुण स्पष्ट उदों ही हो गई भारत सरकार की जदों आपां ने साका ननकाणा की शताब्दी है जिहड़ी, तुसीं सोच जद कितें सोचो ना तो ननकाणा साहब की धरती से एक कण कण के शहीदों का खून है, तो वह प्रकाश स्थान भी है सतगुरु गुरु नानक देव महाराज जी का। तो उस स्थान के लिए पवित्रता बहाल कराने के लिए भाई लक्ष्मण सिंह जी धारोवाल उन्हों की शहीदी हुई, सब तो छोटा जिहड़ा बच्चा सी भाई दरबारा सिंह उहदी शहीदी हुई। तो तुसीं अंदाजा लाओ भी एक शताब्दी जिहड़ी 100 साल बाद आउंदी है, तो पाकिस्तान सरकार कहिंदी भी आओ मनाओ, तो औकाफ बोर्ड वाले भी कहिंदे ने तेरी पाकिस्तान सिख गुरद्वारा प्रबंधक कमेटी उन्हें सारे प्रबंध किए, बिल्कुल एन मौके पर जाके जिहड़ा भारत सरकार के वलों
कोविड का बहाना ज सुरक्षा का बहाना लाया गया। ये तो गलत स्पष्ट जाहिर है कि दिल्ली का ताकत है जो हमेशा पंजाब के प्रति विशेष करके सिखा प्रति सुहिरद नहीं रहा, लेकिन जिथे असी 100 साल ये समागम मनाते रहेंगे अगली शताब्दी तक ननकाणा साहब की, तो उदों तक असं यह भी गल हर साल याद कराया करांगे कि दिल्ली की सरकार ने सानू उत्थे जाण तों रोकिया सी। शताब्दी लांघे की तुसीं गल करदे हो तो देखो तुसीं सरकार ने पाकिस्तान दी ने किन्ने वड्डे प्रबंध करके किन्ना पैसा खर्च के जिहड़ी असी सैकड़े सालों तो असी जिहड़ा है कि कई दहाकियां तो जिहड़ा सिख है हमेशा अरदास दे विच शामिल है गल कि जिन्हां प्राणियों श्री ननकाणा साहब के होर गुरद्वारियां गुरधामां गुरतीर्थां तो दर्शनों तो वांझा किया गया है तो उन्होंने खुले दर्शन दार ते सेवा संभाल दा जिहड़ा दान खालसा पंथ नूं सौंपिया जाए तो ये जे अजिहे मौके ते करतारपुर की धरती दे लई हमेशा अरदासां बडाला साहब लंबा समां अरदासां करदे ने ते जे परमात्मा ने अरदास सुनी है तो उहदे विच जिहड़े कोई अड़के डाउंदे ने ते उह परमात्मा जाणदा ते जरूर जानन ते लेकिन संगतां दे मन दे विच जरूर इह हैगा भी कि सानूं उत्थे जरूर जाण देना चाहीदा। ਸਿੰਘ ਸਾਹਿਬ ਜਦੋਂ ਸ਼ਤਾਬਦੀ ਸੀ ਉਸ ਟਾਈਮ 'ਤੇ ਵੀਜ਼ੇ ਜਿਹੜੇ ਭਾਰਤ ਸਰਕਾਰ ਵੱਲੋਂ ਨਹੀਂ ਲਗਾਏ ਗਏ ਸੀ ਪਰ ਹੋਰ ਕਿਉਂ ਵੀਜ਼ੇ ਲਗਾਏ ਗਏ ਕੀ ਕਾਰਨ ਆ ਕਿ ਐਸ ਜੀ ਪੀ ਸੀ ਨੇ ਕਿਸੇ ਤਰ੍ਹਾਂ ਦੀ ਕੋਈ ਲੈਟਰ ਭੇਜੀ ਸੀਗੀ? ਨਹੀਂ ਮੈਂ ਨਾ ਜਦੋਂ ਪਾਕਿਸਤਾਨ ਪਿਛਲੀ ਵਾਰੀ ਗਿਆ ਸੀ ਅਤੇ ਉਦੋਂ ਪ੍ਰਕਾਸ਼ਪੁਰੋਂ ਅਤੇ ਮੈਂ ਉੱਥੋਂ ਦਾ ਜਿਹੜੇ ਮਿਨਿਸਟਰ ਸੀ ਮਿਸਟਰ ਕਾਦਰੀ ਉਹਨਾਂ ਨੂੰ ਮੈਂ ਨਿੱਜੀ ਤੌਰ 'ਤੇ ਬੇਨਤੀ ਕੀਤੀ ਸੀ ਵੀ ਤੁਸੀਂ ਆਖੀ 'ਤੇ ਜਾਂਦੇ ਹੋ ਜਦੋਂ ਅਸੀਂ ਪਾਸਪੋਰਟ ਭੇਜਦੇ ਹਾਂ ਤੁਹਾਡੀ ਅੰਬੈਸੀ ਦੇ ਵਿੱਚ ਅਤੇ ਤੁਸੀਂ ਵੀਜ਼ੇ ਰੱਦ ਕਰ ਦਿੰਦੇ ਹੋ ਅਤੇ ਉਹਦੇ ਨਾਲ ਸ਼ਰਧਾਲੂਆਂ ਦੇ ਵਿੱਚ ਨਿਰਾਸ਼ਤਾ ਆਉਂਦੀ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਕਈ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹਨੇ ਕਿਹਾ ਸੀ ਵੀ ਜਿੰਨੇ ਪਾਸਪੋਰਟ ਭੇਜੋਗੇ ਤਾਂ ਉਹਤੇ ਐਂ ਵੀ ਕਹਿੰਦੇ ਸੀ 5000 ਭੇਜ ਦਿਓ, ਲੇਕਿਨ ਇਹ ਗੱਲ ਹੋ ਨਹੀਂ ਸਕੀ ਅਤੇ ਇਹ ਕੁਦਰਤੀ ਹੈ, ਪਤਾ ਨਹੀਂ ਕੀ ਉਹਨਾਂ ਦੀ ਸਿਸਟਮ ਹੈ ਉਹ ਕਿਉਂ ਰੱਦ ਕਰਦੇ ਨੇ, ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਪਾਸਪੋਰਟ ਭੇਜੇ ਜਾਂਦੇ ਨੇ ਇਸੇ ਲਈ ਭੇਜੇ ਜਾਂਦੇ ਨੇ ਵੀਜ਼ੇ ਦੇਣ ਅਤੇ ਸ਼ਰਧਾਲੂ ਜਾ ਸਕਣ ਅਤੇ ਹੁਣ ਪਤਾ ਨਹੀਂ ਇਹਦੇ ਵਿੱਚ ਕੀ ਸਰਕਾਰਾਂ ਦੀ ਸੋਚ ਹੈਗੀ ਹੈ। ਹੁਣ ਕੀ ਕੀਤਾ ਗਿਆ ਜਿਵੇਂ ਤੁਸੀਂ ਦੱਸਿਆ ਕਿ 700 ਜਿਹੜਾ ਸੀ ਸ਼ਰਧਾਲੂ ਦਾ ਉੱਥੇ ਲਿਸਟ ਭੇਜੀ ਸੀ ਅਤੇ 400 ਕੁਛ ਦਾ ਹੀ ਆਇਆ, ਕਿਵੇਂ ਵੇਖਦੇ ਹੋ ਕਿਉਂ ਘੱਟ ਦਿੱਤੇ ਬਾਕੀ? ਨਹੀਂ ਮੈਂ ਤਾਂ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੇ ਜਿਵੇਂ ਪਿਛਲੇ ਜਦੋਂ ਆਪਾਂ ਰੱਦ ਕੀਤੇ ਨੇ ਵੀਜ਼ੇ ਉਦੋਂ ਭਾਰਤ ਸਰਕਾਰ ਨੂੰ ਵੀ ਪੱਤਰ ਲਿਖੀ ਸੀ ਵੀ ਤੁਸੀਂ ਗਲਤ ਕੰਮ ਕੀਤਾ ਅਤੇ ਅਸੀਂ ਹੁਣ ਇਹ ਵੀਜ਼ੇ ਜਿਹੜੇ ਰੱਦ ਕੀਤੇ ਨੇ ਅਤੇ ਉਹਦੇ ਲਈ ਤਾਂ ਜ਼ਿਆਦਾ ਬੀਬੀ ਜਗੀਰ ਕੌਰ ਜੀ ਪ੍ਰਧਾਨ ਨੇ ਅਸੀਂ ਵੀ ਉਹ ਦੱਸ ਸਕਣਗੇ ਕਿ ਉਹਨਾਂ ਨੇ ਪਰਸੋਂ ਨੂੰ ਆਉਣਾ ਹੀ ਹੈ ਅਤੇ ਜਦੋਂ 12 ਤਰੀਕ ਨੂੰ ਤੋਰਨਾ ਜੱਥੇ ਨੂੰ। ਲੇਕਿਨ ਇਹ ਮੈਂ ਅਨੁਭਵ ਕਰਦਾ ਕਿ ਸ਼ਰਧਾਲੂਆਂ ਨੂੰ ਉੱਥੋਂ ਜਾਣ ਤੋਂ ਰੋਕਣਾ ਨਹੀਂ ਚਾਹੀਦਾ। ਸੋ ਧੰਨਵਾਦ। ਇਹ ਸਨ 5 ਸਿੱਖ ਸਾਹਿਬਾਨ ਜਿਨ੍ਹਾਂ ਦੇ ਅੱਜ ਕੋਵਿਡ ਟੈਸਟ ਕੀਤੇ ਗਏ ਨੇ, ਜਿਨ੍ਹਾਂ ਦਾ 12 ਤਰੀਕ ਨੂੰ ਜਥਾ ਜਿਹੜਾ ਆ ਭਾਰਤ ਤੋਂ ਪਾਕਿਸਤਾਨ ਦੇ ਸਥਿਤ ਧਾਰਮਿਕ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚ ਰਿਹਾ, ਜਿਨ੍ਹਾਂ ਦਾ ਕਹਿਣਾ ਕਿ 10 ਦਿਨ ਦਾ ਇਹ ਉਹਨਾਂ ਦਾ ਟੂਰ ਹੋਵੇਗਾ। ਕੈਮਰਾਮੈਨ ਅਰਸ਼ਦੀਪ ਦੇ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ, ਅੰਮ੍ਰਿਤਸਰ।